ਅਸੀਂ ਸਾਰੇ ਜਣੇ ਸਾਡੇ ਵਿੱਚ ਪਹੁੰਚੇ ਹੋ। ਅੱਜ ਸਾਡੇ ਥਾਣਾ ਹਸਪੀਟਲ ਦੀ 20ਵੀਂ ਵਰ੍ਹੇਗੰਢ ਹੈ, ਜਿਹਨਾਂ ਦੇ ਪੂਰੇ ਅੱਜ 20 ਸਾਲ ਹੋ ਚੁੱਕੇ ਹਨ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਅੱਜ ਸਾਡੇ ਵਿੱਚ ਆਏ ਹੋ। ਇਹ ਜੋ ਵੀ ਅਸੀਂ ਜਿੱਥੇ ਵੀ ਹਾਂ, ਜੋ ਵੀ ਸਾਡੀ ਪੋਜੀਸ਼ਨ ਹੈ, ਜੇ ਉਹਦੇ ਚ ਕੁਛ ਵੀ ਅਸੀਂ ਗੇਨ ਕੀਤਾ, ਉਹ ਤੁਹਾਡੇ ਸਭ ਕਰਕੇ ਹੀ ਕੀਤਾ। ਤੁਸੀਂ ਸਾਡੇ ਚ ਵਿਸ਼ਵਾਸ ਰੱਖਿਆ, ਸਾਡੇ ਭਰੋਸਾ ਰੱਖਿਆ, ਸਾਡੇ ਨਾਲ ਮਿਲ ਕੇ ਚੱਲੇ ਤਾਂ ਅੱਜ ਅਸੀਂ ਇੱਥੇ ਤੱਕ ਪਹੁੰਚ ਸਕੇ। ਸਾਡਾ ਇੱਕ ਪ੍ਰੋਜੈਕਟ ਹੈ ਜੀ, ਰੈਕਟਲ ਕੈਂਸਰ ਅਵੇਅਰਨੈਸ ਪ੍ਰੋਜੈਕਟ। ਇਹ ਜਿਹੜਾ ਪ੍ਰੋਜੈਕਟ ਹੈਗਾ ਬੇਸਿਕਲੀ, ਕਿਉਂਕਿ ਮੈਨੂੰ 20 ਸਾਲ ਹੋ ਗਏ ਹੁਣ ਇਹਦੇ ਪ੍ਰੈਕਟਿਸ ਦੇ ਵਿੱਚ, ਬੰਦਾ ਕਹਿੰਦਾ ਮੈਨੂੰ ਟੋਇਲਟ ਚ ਖੂਨ ਆਉਂਦਾ, ਤਾਂ ਉਹ ਆਮ ਘਰ ਚ ਕਹਿੰਦੇ ਤੂੰ ਆਹ ਪੂਰੀ ਖਾ ਲੈ, ਆਹ ਦਵਾਈ ਖਾ ਲੈ, ਫਲਾਣਾ ਕੀਮ ਦਵਾਈ ਦਿੰਦਾ। ਅੱਛਾ, ਮਰੀਜ਼ ਵੀ ਸੋਚਦਾ ਕਿ ਮੈਂ ਚੈੱਕਅਪ ਨਹੀਂ ਕਰਾਉਣਾ ਹੈਗਾ, ਮੈਂ ਦਵਾਈ ਹੀ ਖਾ ਲਾਂ। ਪਰ ਉਹਦੇ ਚੋਂ ਕੁਛ ਮਰੀਜ਼ ਇਹੋ ਜਿਹੇ ਹੁੰਦੇ ਆ ਜਿਹੜੇ ਕੈਂਸਰ ਦੇ ਹੁੰਦੇ ਆ। ਹੁਣ ਉਹਨਾਂ ਨੂੰ ਤਾਂ ਪਤਾ ਨੀ ਲੱਗਦਾ, ਚਾਹੇ ਬਵਾਸੀਰ ਹੈ ਤੁਹਾਨੂੰ, ਚਾਹੇ ਕੈਂਸਰ ਹੈ, ਦੋਨਾਂ ਚ ਖੂਨ ਆਉਣਾ ਸ਼ੁਰੂ ਹੋ ਜਾਂਦਾ। ਹੁਣੇ ਰੀਸੈਂਟਲੀ ਨਾ ਅਸੀਂ ਇੱਕ ਕਿਤਾਬ ਲਿਖੀ ਹੈ ਜੀ, ਉਹਦੇ ਚ ਅਸੀਂ ਇਹ ਲਿਖਿਆ ਹੈ ਕਿ ਅਗਰ ਮਰੀਜ਼ ਦੀ ਚੰਗੀ ਤਰ੍ਹਾਂ ਆਪਾਂ ਹਿਸਟਰੀ ਲਈ ਹੈ, ਯਾਨੀ ਉਹਦੀ ਬਿਮਾਰੀ ਬਾਰੇ ਚੰਗੀ ਤਰ੍ਹਾਂ ਉਹਦੇ ਨਾਲ ਡਿਸਕਸ ਕਰੀਏ, ਉਹਦਾ ਇੱਕ ਛੋਟਾ ਜਿਹਾ ਟੈਸਟ ਉੱਤੇ ਕਰ ਲਿਆ ਜਾਏ, ਤਾਂ ਉਸੇ ਟਾਈਮ ਦੱਸਿਆ ਜਾ ਸਕਦਾ ਕਿ ਉਹਨੂੰ ਕੈਂਸਰ ਹੈ ਜਾਂ ਨਹੀਂ ਹੈ। ਇੰਪੋਰਟੈਂਟ ਐਕਟੀਵਿਟੀ ਹੈ ਅੱਜ ਲਈ ਜਿਹੜੀ ਅਸੀਂ ਪਲਾਨ ਕੀਤੀ ਸੀ, ਵੀ ਜੇ ਤੁਸੀਂ ਸਾਰਿਆਂ ਨੇ ਸਾਡੇ ਲਈ ਟਾਈਮ ਕੱਢਿਆ, ਤੁਹਾਨੂੰ ਕੁਛ ਨਾ ਕੁਛ ਇਹੋ ਜਿਹਾ ਅਸੀਂ ਜ਼ਰੂਰ ਦੇ ਕੇ ਭੇਜੀਏ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਇੰਪਰੂਵ ਕਰੇ, ਤੁਹਾਡੀ ਕੁਆਲੀਫਿਕੇਸ਼ਨ ਨੂੰ ਇੰਪਰੂਵ ਕਰੇ, ਤੁਹਾਡੇ ਸਕਿੱਲਸ ਨੂੰ ਇੰਪਰੂਵ ਕਰੇ। ਤਾਂ ਉਹਦੇ ਲਈ ਅਸੀਂ ਜਿਹੜਾ ਸਬਜੈਕਟ ਅੱਜ ਲਈ ਚੂਜ਼ ਕੀਤਾ ਸੀ, ਮੈਨੂੰ ਲੱਗਦਾ ਜਗਜੀਤ ਨੇ ਤੁਹਾਨੂੰ ਦੱਸਿਆ ਹੀ ਹੋਏਗਾ, ਉਹ CPR ਹੈ। ਜਦੋਂ ਕੋਈ ਬੱਚਾ ਛੋਟਾ ਬਾਹਰ ਸਕੂਲਾਂ ਚ ਪੜ੍ਹਦਾ ਨਾ ਜੀ, ਤਾਂ 5ਵੀਂ ਕਲਾਸ ਤੋਂ ਉੱਪਰ ਦੇ ਬੱਚੇ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੇ ਆ, ਔਰ 10ਵੀਂ ਕਲਾਸ ਤੋਂ ਉੱਪਰ ਵਾਲੇ ਹਰੇਕ ਬੱਚੇ ਨੂੰ ਉੱਥੇ CPR ਆਉਂਦੀ ਹੁੰਦੀ ਹੈ। CPR ਇੱਕ ਬਹੁਤ ਹੀ ਸੌਖਾ ਤਰੀਕਾ ਹੈ, ਐ ਸਮਝ ਲਓ ਦੇਸੀ ਭਾਸ਼ਾ ਚ ਵੀ ਤੁਹਾਡਾ ਦਿਲ ਧੜਕਣਾ ਬੰਦ ਹੋ ਗਿਆ, ਸਾਹ ਚੱਲਣੇ ਬੰਦ ਹੋ ਗਏ, ਤੁਸੀਂ CPR ਕੀਤੀ, ਤੁਹਾਡਾ ਦਿਲ ਧੜਕਣਾ ਦੁਬਾਰਾ ਸ਼ੁਰੂ ਹੋ ਗਿਆ। ਇਹ ਤਕਰੀਬਨ 40-45 ਮਿੰਟ ਦਾ ਪ੍ਰੋਸੈਸ ਹੁੰਦਾ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਰਾਣਾ ਹਸਪਤਾਲ ਦਾ ਇਹ 20 ਸਾਲ ਦਾ ਜਿਹੜਾ ਸਫ਼ਰ ਹੈ ਉਹ ਤੁਹਾਡੇ ਸਭ ਦੇ ਕਾਰਨ ਹੀ ਕਾਮਯਾਬ ਹੋ ਪਾਇਆ ਹੈ, ਔਰ ਅੱਗੇ ਫਿਊਚਰ ਦੇ ਵਿੱਚ ਵੀ ਅਸੀਂ ਤੁਹਾਡੇ ਤੋਂ ਇਹੀ ਐਕਸਪੈਕਟ ਕਰਦੇ ਹਾਂ ਕਿ ਸਰਕਾਰ ਦੁਆਰਾ ਚਲਾਈਆਂ ਹੋਈਆਂ ਜਿੰਨੀਆਂ ਵੀ ਸਕੀਮਾਂ ਨੇ, ਚਾਹੇ ਉਹ ਪਹਿਲਾਂ ਭਗਤ ਸਿੰਘ ਯੋਜਨਾ ਸੀ ਜਾਂ ਹੁਣ ਆਯੁਸ਼ਮਾਨ ਭਾਰਤ ਹੈ, ਉਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਪ੍ਰਚਾਰ ਕਰੋ ਤਾਂ ਕਿ ਸਮਾਜ ਦਾ ਜਿਹੜਾ ਗਰੀਬ ਤਬਕਾ ਹੈ ਜਿਹੜਾ ਆਪਣਾ ਪੈਸੇ ਦੇ ਕਰਕੇ ਇਲਾਜ ਨਹੀਂ ਕਰਵਾ ਸਕਦਾ, ਉਹ ਇਹਦਾ ਵੱਧ ਤੋਂ ਵੱਧ ਫਾਇਦਾ ਚੁੱਕ ਸਕੇ। ਸਾਰੇ ਜਣੇ ਤੁਸੀਂ ਆਪਣਾ ਇੰਨਾ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਹੋ, ਬਹੁਤ ਹੀ ਜ਼ਿਆਦਾ ਖੁਸ਼ੀ ਹੋਈ। ਤੁਸੀਂ ਸਾਰੇ ਸਾਡੇ ਇੱਕ ਫੈਮਿਲੀ ਮੈਂਬਰ ਦੀ ਵਾਂਗੂ ਆ। ਅੱਜ ਕੱਲ੍ਹ ਜਿਹੜੇ ਪਿੰਡਾਂ 'ਚ ਪੇਸ਼ੈਂਟਸ ਕਈ ਨਹੀਂ ਅਵੇਅਰ ਹੁੰਦੇ ਆ, ਉਹਨਾਂ ਨੂੰ ਜਿਹੜੀ ਪ੍ਰੋਬਲਮਸ ਹੁੰਦੀਆਂ ਆ, ਹੈ ਨਾ, ਤਾਂ ਤੁਸੀਂ ਇੱਕ ਤਰ੍ਹਾਂ ਨਾਲ ਮੀਡੀਏਟਰ ਹੋ ਕਿ ਤੁਸੀਂ ਉਹਨਾਂ ਨੂੰ ਹੈਲਪ ਆਊਟ ਕਰਦੇ ਹੋ ਇੱਕ ਹੋਸਪਿਟਲ ਤੱਕ ਪਹੁੰਚਾਉਣ 'ਚ। ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀਆਂ ਬਹੁਤ ਹੀ ਸਤਿਕਾਰਯੋਗ ਆਸ਼ਾ ਵਰਕਰ ਤੇ ਫੈਸੀਲੇਟਰ ਭੈਣਾਂ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ, ਤੇ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਸਾਹਿਬ ਰਾਣਾ ਹੋਸਪਿਟਲ, ਜਿਹੜੇ ਲੋਕਾਂ ਦੀਆਂ ਡਰ ਤੇ ਲਗਾਤਾਰ ਆਪਣੀਆਂ ਸੇਵਾਵਾਂ ਜਿਵੇਂ ਸਾਡੀਆਂ ਆਸ਼ਾ ਵਰਕਰ ਤੇ ਫੈਸੀਲੇਟਰ ਘਰ ਘਰ ਦੇ ਰਹੀਆਂ ਨੇ, ਪਹਿਲਾਂ ਦੀ ਸਮੇਂ ਸਮੇਂ ਤੇ ਰਾਣਾ ਹੋਸਪਿਟਲ ਵੱਲੋਂ ਵੀ ਬਹੁਤ ਸਾਰੀਆਂ ਸੇਵਾਵਾਂ ਗਰੀਬ ਵਰਗ ਤੱਕ ਜਿਹੜੀਆਂ ਪਹੁੰਚਾਈਆਂ ਜਾ ਰਹੀਆਂ ਨੇ, ਤੇ ਮੈਂ ਸਪੈਸ਼ਲ ਥੈਂਕ ਯੂ ਕਰੂੰਗੀ ਤਾਂ ਜ਼ਰੂਰ ਕਲੈਪਿੰਗ ਰਾਣਾ ਹੋਸਪਿਟਲ ਦੇ ਨਾਂ ਤੇ।